ਧਰਮਾਂ ਦੇ ਨਾਂ ਦੇ ਉੱਤੇ ਦੰਗੇ ਕਰੇ ਜਾਂਦੇ ਨੇ, ਲੋੜੋਂ ਵੱਧ ਸੱਚੇ ਬੰਦੇ ਨੰਗੇ ਕਰੇ ਜਾਂਦੇ ਨੇ। ਸ਼ਰਮ ਆਉਂਦੀ ਹੈ ਐਸੇ ਦੇਸ਼ ਵਿੱਚ ਰਹਿਣਾ ਜਿੱਥੇ ਚਿੱਟੇ ਲੀੜੇ ਪਾ ਕੇ ਕਾਲੇ ਧੰਦੇ ਕਰੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮੈਂ ਮਮਤਾ ਤੁਹਾਡੇ ਨਾਲ। ਦਰਸ਼ਕੋ, ਸਕਾਈ ਨਿਊਜ਼ ਪੰਜਾਬ ਦੇ ਉੱਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਦਿਲਾਂ ਤੇ ਰੂਹ ਦੀ ਖੁਰਾਕ ਮਿਊਜ਼ਿਕ। ਜੀ ਹਾਂ, ਮਿਊਜ਼ਿਕ ਜੋ ਕਿ ਬਹੁਤ ਸਾਰੇ ਦਿਲਾਂ ਦੀ ਧੜਕਣ ਵੀ ਹੁੰਦਾ ਹੈ ਅਤੇ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਵੀ, ਕਿਉਂਕਿ ਬਹੁਤ ਵਾਰੀ ਜਿਹੜਾ ਆ ਕਦੇ ਵੀ ਅਸੀਂ ਨਿਰਾਸ਼ ਹੁੰਦੇ ਹਾਂ ਜਾਂ ਸਾਡਾ ਮੂਡ ਅਪਸੈਟ ਹੁੰਦਾ ਹੈ ਜਾਂ ਫਿਰ ਅਸੀਂ ਕੋਈ ਕੰਮ ਕਰਦੇ ਹੁੰਦੇ ਹਾਂ ਤਾਂ ਸਾਨੂੰ ਹੁੰਦਾ ਕਿ ਕੁਛ ਅਜਿਹਾ ਸਾਧਨ ਹੋਵੇ ਜਿਸ ਦੇ ਕਰਕੇ ਅਸੀਂ ਬੋਰ ਨਾ ਹੋਈਏ। ਉੱਥੇ ਹੀ ਦੂਜੇ ਪਾਸੇ ਖਾਸ ਗੱਲ ਇਹ ਹੈ ਕਿ ਜਿਹੜਾ ਮਿਊਜ਼ਿਕ ਆ ਦਾ ਜਿਹੜੇ ਗੀਤ ਆ, ਖਾਸ ਤੌਰ ਦੇ ਉੱਤੇ ਪੰਜਾਬੀ ਮਿਊਜ਼ਿਕ ਜਾਂ ਪੰਜਾਬੀ ਗਾਣੇ ਜਿਹੜੇ ਨੇ, ਉਹ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਅਤੇ ਸਮਾਜ ਦੇ ਕਈ ਤਰ੍ਹਾਂ ਦੇ ਰੰਗ ਇਹਨਾਂ ਗਾਣਿਆਂ ਦੇ ਵੱਲੋਂ ਦਿਖਾਏ ਜਾਂਦੇ ਨੇ। ਸੋ ਇਹਨਾਂ ਗਾਣਿਆਂ ਦੇ ਵਿੱਚ ਰੰਗ ਦਿਖਾਏ ਜਾਂਦੇ ਨੇ ਤਾਂ ਇੱਥੇ ਜਦੋਂ ਕੋਈ ਇੱਦਾਂ ਦੀ ਗੱਲ ਆਉਂਦੀ ਹੈ ਗਾਣਿਆਂ ਦੇ ਵਿੱਚ ਸ਼ੀਸ਼ਾ ਦਿਖਾਉਣ ਦੀ ਤਾਂ ਸਭ ਤੋਂ ਪਹਿਲਾਂ ਨਾਮ, ਹਾਲਾਂਕਿ ਪੁਰਾਣਾ ਸਿੰਗਰ ਨਹੀਂ ਹੈ ਪਰ ਕੁਝ ਹੀ ਸਮਾਂ ਹੋਇਆ ਸੀ, ਪਰ ਲੋਕਾਂ ਦੇ ਦਿਲਾਂ ਦੇ ਉੱਤੇ ਬੇਹੱਦ ਰਾਜ ਕਰ ਰਿਹਾ। ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੀ। ਤਾਂ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰੀਬ 6 ਮਹੀਨੇ ਤੋਂ ਜ਼ਿਆਦਾ ਦਾ ਮਹੀਨਾ ਸਮਾਂ ਹੋ ਗਿਆ ਅਤੇ ਹੁਣ ਇਸੇ ਸ਼ਬਦ ਚੱਲਦੇ ਹਾਂ ਜਿਵੇਂ ਕਿ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲੰਬੀਆਂ, ਇਹਨਾਂ ਸਭ ਤਿੰਨਾਂ ਦਾ ਜ਼ਿਕਰ ਜਿੱਥੇ ਕੀਤਾ ਗਿਆ ਤਾਂ ਸਮਾਜ ਦਾ ਸ਼ੀਸ਼ਾ ਪ੍ਰਗਟ ਕੀਤਾ ਗਿਆ ਹੈ ਮਸ਼ਹੂਰ ਪੰਜਾਬੀ ਗਾਇਕ ਜੈਜੀਵੀ ਦੇ ਵੱਲੋਂ। ਜੀ ਹਾਂ, ਜੈਜੀਵੀ ਦੇ ਵੱਲੋਂ ਇੱਕ ਗਾਣਾ ਕੱਢਿਆ ਗਿਆ ਹੈ ਡਿਵਾਈਡ ਐਂਡ ਰੂਲ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਗਾਣੇ ਦੀਆਂ 17 ਸੁਣਾਉਂਦੇ ਹਾਂ। ਧਰਮਾਂ ਦੇ ਨਾਂ ਉੱਤੇ ਦੰਗੇ ਕਰੇ ਜਾਂਦੇ ਨੇ, ਲੋੜੋਂ ਵੱਧ ਸੱਚੇ ਬੰਦੇ ਨੰਗੇ ਕਰੇ ਜਾਂਦੇ ਨੇ। ਸ਼ਰਮ ਆਉਂਦੀ ਹੈ ਐਸੇ ਦੇਸ਼ ਵਿੱਚ ਰਹਿਣਾ ਜਿੱਥੇ ਚਿੱਟੇ ਲੀੜੇ ਪਾ ਕੇ ਕਾਲੇ ਧੰਦੇ ਕਰੇ ਜਾਂਦੇ ਨੇ। ਸਾਨੂੰ ਲੀਡਰਾਂ ਦਾ ਟੋਲਾ ਦਿੱਲੀ ਬਹਿ ਕੇ ਕਹਿੰਦਾ ਜਿੰਨੇ ਮਾਰੋਗੇ ਓਨੇ ਪੈਦਾ ਹੁੰਦੇ ਜਾਣਗੇ। ਜੇ ਤੂੰ ਹੱਕ ਮੰਗੇਗਾ ਤਾਂ ਮਿਲੂ ਖਾੜਕੂ ਦਾ ਟੈਗ ਪੱਕਾ, ਜੇ ਤੂੰ ਅਸਲਾ ਚੱਕੇਗਾ ਤਾਂ ਗੈਂਗਸਟਰ ਕਹਿਣਗੇ ਤੈਨੂੰ। ਮੇਰੇ ਨਾਲ ਲੜਾ ਕੇ ਮੈਨੂੰ ਤੇਰੇ ਨਾਲ ਲੜਾ ਕੇ ਆਪ ਏਸੀਆਂ 'ਚ ਬੈਠ ਕੇ ਸਵਾਦ ਲੈਣਗੇ। ਰੀਝਾਂ ਲਾ ਕੇ ਮਾਵਾਂ ਤਿੰਨ ਦੀਪ ਸੀ ਜਗਾਏ ਜੋ ਕੱਲੇ ਕੱਲੇ ਜਿਹੜੇ ਰਾਜਨੀਤੀ ਨੇ ਬੁਝਾਏ ਜੋ। ਦੀਪ ਸੰਦੀਪ ਸ਼ੁਭਦੀਪ ਤਿੰਨੇ ਹੀਰੇ ਸੀ, ਕੀ ਸੀ ਕਸੂਰ ਪਾੜੇ ਭੰਗ ਦੇ ਗਵਾਏ ਜੋ। ਮੌਕਾ ਹਾਲੇ ਵੀ ਹੈ ਲੜ ਗੁਰਬਾਣੀ ਦੇ ਲੱਗੋ, ਨਹੀਂ ਤਾਂ ਡੇਰੇ ਵਾਲੇ ਸਾਧ ਤੁਹਾਡੇ ਜੜੀ ਬਹਿਣਗੇ। ਜੇ ਤੂੰ ਹੱਕ ਮੰਗੇਗਾ ਤਾਂ ਮਿਲੂ ਖਾੜਕੂ ਦਾ ਟੈਗ ਪੱਕਾ, ਜੇ ਤੂੰ ਅਸਲਾ ਚੱਕੇਗਾ ਗੈਂਗਸਟਰ ਕਹਿਣਗੇ ਤੈਨੂੰ। ਮੇਰੇ ਨਾਲ ਲੜਾ ਕੇ ਮੈਨੂੰ ਤੇਰੇ ਨਾਲ ਲੜਾ ਕੇ ਆਪ ਏਸੀਆਂ 'ਚ ਬੈਠ ਕੇ ਸਵਾਦ ਲੈਣਗੇ। ਲੱਗੀ ਹੇਰਾ ਫੇਰੀ ਹੁਣ ਇਤਿਹਾਸ ਲੋਕੋ ਸਾਂਭ ਲਓ, ਰੁੱਖ ਧੀਆਂ ਪਾਣੀ ਤਿੰਨੇ ਖਾਸ ਵੜੇ ਲੋਕੋ ਸਾਂਭ ਲਓ। ਕੱਲ ਕੱਲ ਕਰਦਿਆਂ ਦੇਰ ਹੋ ਜਾਣੀ, ਹੱਥੋਂ ਜਾਂਦੀ ਕਿਰਸਾਨੀ ਤੇ ਜਵਾਨੀ ਲੋਕੋ ਸਾਂਭ ਲਓ। ਜੇ ਮੇਰੀ ਪੀਰੀ ਨੀਤੀ ਅਪਣਾਈ ਨਾ ਤੁਸੀਂ ਤਾਂ ਆਉਣ ਵਾਲੇ ਜੋ ਨਤੀਜੇ ਬੜੇ ਭਾਰੀ ਪੈਣਗੇ। ਜੇ ਤੂੰ ਹੱਕ ਮੰਗੇਗਾ ਤਾਂ ਮਿਲੂ ਖਾੜਕੂ ਦਾ ਟੈਗ ਪੱਕਾ, ਜੇ ਤੂੰ ਅਸਲਾ ਚੱਕੇਗਾ ਗੈਂਗਸਟਰ ਕਹਿਣਗੇ ਤੈਨੂੰ। ਮੇਰੇ ਨਾਲ ਲੜਾ ਕੇ ਮੈਨੂੰ ਤੇਰੇ ਨਾਲ ਲੜਾ ਕੇ ਆਪ ਏਸੀਆਂ 'ਚ ਬੈਠ ਕੇ ਸਵਾਦ ਲੈਣਗੇ। ਸੁਦਰਸ਼ਕੋ, ਕਿਤੇ ਨਾ ਕਿਤੇ ਸਮਾਜ ਦੇ ਕੌੜੇ ਸੱਚ ਨੂੰ ਇਸ ਗਾਣੇ ਦੇ ਜ਼ਰੀਏ ਜੈਜੀਵੀ ਦੇ ਵੱਲੋਂ ਦੱਸਿਆ ਗਿਆ ਹੈ, ਕਹਿ ਸਕਦੇ ਕਿ ਗੀਤ ਦੇ ਰਾਹੀਂ ਗਾਇਆ ਗਿਆ ਹੈ ਇਹ ਗਾਣਾ। ਤੁਹਾਨੂੰ ਕਿਵੇਂ ਲੱਗਿਆ ਤਾਂ ਕੀ ਤੁਹਾਨੂੰ ਇਹ ਵੀ ਲੱਗਦਾ ਕਿ ਇਹ ਗਾਣਾ ਵੀ ਬੈਨ ਹੋ ਜਾਵੇਗਾ? ਕਮੈਂਟ ਕਰਕੇ ਤੁਸੀਂ ਵੀ ਦਿਓ ਜ਼ਰੂਰ ਆਪਣੀ ਰਾਏ।